ਥਾਰ ਲਈ ਕਰਿਆ ਜਾਂ ਕਿ ਸਾਰੀਆਂ ਗੱਡੀਆਂ ਲਈ? ਕਿੰਨੇ ਪੈਸੇ ਤੇਰੇ ਲਵਾਤੇ ਅਸੀਂ? ਬਸ ਬਸ ਇਹਨੇ ਵਾਲ ਨਹੀਂ ਸੈੱਟ ਕਰਨੇ, ਵਾਲ ਆਪਾਂ ਸੈੱਟ ਕਰਾਉਣੇ ਆ ਇਸ ਕਰਕੇ ਅਸੀਂ ਗੋਪੀ ਨੂੰ ਨਾਲ ਲੈ ਕੇ ਆਏ, ਤੁਸੀਂ ਪਛਾਣ ਲਿਆ ਹੋਣਾ ਤੇ ਮੈਂ ਹੈਗਾ ਤੁਹਾਡਾ ਦਿਆਕਰਨ, ਜਿਹੜਾ ਕਿ ਆਟੋਮੋਬਾਈਲ ਬਾਰੇ ਇਨਫੋਰਮੇਸ਼ਨ ਤੁਹਾਨੂੰ ਦਿੰਦੇ ਰਹਿੰਦੇ ਹਾਂ ਤੇ ਫਿਲਹਾਲ ਅਸੀਂ ਹੈਗੇ ਅੰਮ੍ਰਿਤਸਰ ਦੇ ਵਿੱਚ ਤੇ ਜਾ ਰਹੇ ਹਾਂ ਕ੍ਰੀਏਟਿਵ ਵੀਲ ਦੇ ਵਿੱਚ। ਕ੍ਰੀਏਟਿਵ ਵੀਲ ਸਟੋਰ ਜਿਹੜਾ ਕਿ ਰੋਏ ਵੀਲਸ ਦੀ ਕਾਫੀ ਫੇਮਸ ਆ ਤੇ ਉਹਨਾਂ ਕੋਲੇ ਬੜੇ ਹੀ ਵਧੀਆ ਤੇ ਤੁਹਾਨੂੰ ਆਲਵੇਜ਼ ਅਸੀਂ ਅਪਡੇਟ ਦਿੰਦੇ ਰਹਿੰਦੇ। ਅੱਜ ਵੀ ਇਨਫੋਰਮੇਸ਼ਨ ਪਲੱਸ ਥੋੜਾ ਜਿਹਾ ਫਨੀ ਵਲੌਗ ਬਣੂਗਾ ਕਿਉਂਕਿ ਅਸੀਂ ਇਕੱਠੇ ਹੋਏ ਹਾਂ ਪੁਰਾਣੇ ਯਾਰ, ਠੀਕ ਹੈ? ਤੇ ਚੱਲੀਏ ਆਪਾਂ ਇੱਥੇ ਗੱਡੀ ਆਪਣੀ ਪਾਰਕ ਕਰਤੀ ਹੈ। ਇਹ ਕਾਫੀ ਵਧੀਆ ਮਾਰਕੀਟ ਆ ਵੈਸੇ ਬੇਸਿਕਲੀ ਰਣਜੀਤ ਐਵੀਨਿਊ ਦੀ, ਤੇ ਇਹ ਇਹਨੂੰ ਕਿਹਾ ਸੀ ਤੂੰ ਵੇਟ ਕਰ, ਅਸੀਂ ਇਹਨੂੰ ਖੜਾ ਕੇ ਰੱਖਿਆ ਹੋਇਆ ਇੱਥੇ ਤੇ ਫਿਲਹਾਲ ਇਹਨੇ ਇਹ ਆਟੋਮੈਟਿਕ ਵੇਰੀਐਂਟ ਕਰੀ ਜਾਂਦਾ। ਕਿਆ ਬਾਤ ਹੈ, ਕਿਆ ਬਾਤ ਹੈ! ਹੈਲੋ ਮੇਰੀ ਜਾਨ, ਕਿਆ ਹਾਲ ਚਾਲ ਹੈ? ਤੁਸੀਂ ਆਉਂਦਿਆਂ ਵਧਾਈਆਂ ਬਣਾਉਣ ਨਾ ਜਿਹੜੀਆਂ ਸਾਡੇ ਵਾਲੇ ਦੇ ਖੂਨ ਸਾੜਦੇ ਹੋ ਵੀ ਅਸੀਂ ਕਮਾਈਆਂ ਕੀਤੀਆਂ ਬਾਹਰ, ਹੈ ਨਾ? ਜਾਨ ਬੁੱਝ ਗਏ, ਜਾਨ ਵਧੀਆ ਕਰਦਾ ਸਾਡਾ ਗੱਪੀਏ। ਹੋਰ ਸਵੇਰੇ ਸਵੇਰੇ ਭਰਾ 6 ਵਜੇ ਆ ਗਿਆ ਤੇਰੇ ਕੋਲੇ? ਹੋਰ ਮੈਨੂੰ ਤੇ ਲੱਗਿਆ ਹੈ ਵੀ 8-9 ਵਜੇ। ਚੱਲ 2 ਘੰਟੇ ਦਾ ਫਰਕ ਹੈ। ਹਾਏ ਹਾਏ ਬਾਈ, ਇਹ ਹੈਗਾ ਸਾਡਾ ਦੋਸਤ, ਇਹ ਹੁੰਦਾ ਅੱਜ ਕੱਲ੍ਹ ਆਸਟ੍ਰੇਲੀਆ। ਹੈਲੋ ਕਰਦੇ ਮੇਰੇ ਵਿਊਵਰਸ ਨੂੰ। ਹੈਲੋ। ਇਹਨੇ ਪਹਿਲੀ ਜੀਪ ਜਿਹੜੀ ਹੈ ਇਹਦੀ ਪਾਸ ਹੋਈ ਆ ਉੱਥੇ ਦਿੱਲੀ ਵੀ, ਆਸਟ੍ਰੇਲੀਆ ਦੇ ਵਿੱਚ, ਸਿਡਨੀ ਦੇ ਵਿੱਚ। ਕਿੱਥੇ ਹੋਈ ਸੀ? ਸਿਡਨੀ। ਇਹਨੂੰ ਲੱਭ ਲਿਓ ਉੱਥੇ ਜਿਹੜੇ ਜਿਹੜੇ ਉੱਥੇ ਮੇਰੇ ਵੀਰ ਭਰਾ ਹੈਗੇ ਆ ਤੇ ਜਿਹੜਾ ਕੋਈ ਮੰਗਾਉਣਾ ਵੀ ਚਾਹੁੰਦਾ ਤੇ ਫਿਲਹਾਲ ਇਹਨੇ ਸਾਰਾ ਵੇਰੀਐਂਟ ਲਿਆ ਤੇ ਮਣੀ ਇਹ ਫਿਰ ਕਿਹੜੀ ਲਈ ਹੈ? ਇਹ ਪੈਟਰੋਲ ਚ ਆ 4x4 ਆਟੋਮੈਟਿਕ। ਆਟੋਮੈਟਿਕ, ਕਿਆ ਬਾਤ ਹੈ, ਆਹ ਵਧੀਆ ਕੀਤਾ ਵੈ। 4x2 ਕਿਉਂ ਨਹੀਂ ਲਈ? 4x2 ਮਿਲੀ ਨਹੀਂ। ਆਏ ਹਾਏ ਹਾਏ, ਧੱਕਾ ਹੋ ਗਿਆ, ਇਹ ਸੱਚ ਦੱਸਿਆ ਵੈ ਇਹਨੇ। ਇਹ ਸੱਚ ਹੈ ਕਿ ਵੈਸੇ ਕਿਉਂਕਿ ਇਹਦੇ ਕਰਾਈ ਸੀ ਬੁੱਕ ਬੜੇ ਦਿਨਾਂ ਦੀ ਤੇ ਕੰਪਨੀ ਵਾਲੇ ਵੈਸੇ ਏਜੰਸੀਆਂ ਵਾਲੇ ਕਰਨ ਡਿਆ ਧੋਖਾ ਬੰਦਿਆਂ ਨਾਲ, ਠੀਕ ਹੈ, ਜਿਹੜਾ ਕਿ ਬੜੀ ਮਾੜੀ ਗੱਲ ਹੈ ਤੇ ਇਸ ਕਰਕੇ ਉਹ ਇਹਨੂੰ ਮਿਲੀ ਨਹੀਂ। ਇਹ ਸੀ ਫਿਰ ਇਹਨੇ ਬਲੈਕ ਨਹੀਂ ਦਿੱਤੀ ਵੈਸੇ? ਨਹੀਂ ਨਹੀਂ, ਪਹਿਲਾਂ ਬਲੈਕ ਨਹੀਂ ਦਿੱਤੀ। ਹਾਂ, ਬਲੈਕ ਕੋਈ ਨਹੀਂ ਦਿੱਤੀ ਤੇ ਇਹਨੇ ਫੋਨ ਕਰਾਇਆ। ਫੋਨ ਕਰਾਇਆ? ਐਡੀ ਚੱਲਦੀ ਹੈ ਤੇਰੀ? ਆਹ ਵੇਖ ਲਓ ਵੀ ਇੱਦਾਂ ਵੀ ਹੋ ਜਾਂਦਾ ਵੈਸੇ, ਪਰ ਚਲੋ ਜਿਹਦੇ ਹੱਥ ਪੈਂਦਾ ਉਹਨੂੰ ਕਰਾ ਲੈਣਾ ਚਾਹੀਦਾ। ਤੇ ਫਿਰ ਕੋਈ ਡਿਸਕਾਊਂਟ ਹੋਇਆ ਕਿ ਜਾਂ ਫਿਰ ਵੀ ਕੁੱਲ? ਫਿਲਹਾਲ ਅਸੀਂ ਚੱਲੇ ਆ ਲੋਇਵਿਲਸ ਪਾਉਣੇ, ਇਹਦੀ ਕਰਾਰੀ ਸੀ 22 ਇੰਚ ਪਾਉਣ ਦੀ, ਪਰ ਮੈਂ ਇਹਨੂੰ ਸਲਾਹ ਦੇ ਰਿਹਾ ਕਿ 20 ਹੀ ਪਾਵਾਂਗੇ। ਉਹ ਜਾ ਕੇ ਤੁਹਾਨੂੰ ਉੱਥੇ ਡਿਸਕਸ਼ਨ ਕਰਕੇ ਅਸੀਂ ਦੱਸਦੇ ਆ ਨਾਲ, ਤਾਂ ਉਹ ਚੱਲਦੇ ਆ, ਮੈਨੂੰ ਸੀ ਨਾਲੇ ਅਪਡੇਟ ਦਿੰਦੇ ਆ, ਨਾਲੇ ਫਨ ਹੋ ਜੂ ਲੋਇ ਵੀਲਸ ਦਾ ਵਗੈਰਾ। ਚਲੋ ਵੀ ਚੱਲੀਏ, ਹੁਣ ਪਿੱਛੇ ਕੌਣ ਪਊਗਾ, ਇਹਦਾ ਪੰਗਾ ਵੀ ਬੜਾ ਵਾ। ਨਹੀਂ ਚਲਾਉਣੀ ਨਹੀਂ ਭਰਾ, ਅਸੀਂ ਬਗਾਨੀ ਗੱਡੀ ਵੀ ਚਲਾਉਂਦੇ ਹੁੰਦੇ ਆ ਨਾ ਗੋਪੀ, ਐਵੇਂ ਵੱਜ ਬੁੱਝ ਗਈ ਹੈ ਨਾ ਬਾਹਰ, ਸਾਨੂੰ ਕਹੋ ਮੇਰੀ ਨਵੀਂ ਗੱਡੀ ਭਲਤੀ ਹੈ ਨਾ ਬਈ, ਓਏ ਉੱਤੋਂ ਖੁੱਲਣੀ ਹੈ, ਬਹਿਣਾ ਸਿੱਖੋ ਪਹਿਲਾਂ, ਇਹਨੂੰ ਇਹੋ ਜਿਹੇ ਬੰਦੇ ਨੂੰ ਤੇ ਬਹਿਣਾ ਸਿਖਾ ਪਹਿਲਾਂ ਤੂੰ। ਸੱਦਾਂ ਕੀ ਕਹਿੰਦੀ ਹੈ? ਇਹ ਕਹਿੰਦੀ ਤੂੰ ਅੱਗੇ ਬਹਿ। ਅੱਛਾ, ਇਹ ਕਹਿੰਦੀ? ਤੈਨੂੰ ਪਤਾ ਨਾ ਪਿੱਛੇ ਬਹਿਣਾ, ਚੱਲ ਨਹੀਂ ਬਹਿ ਬਹਿ ਜਾਂਦਾ, ਇਹ ਕਿਹੜੀ ਗੱਲ ਹੈ? ਇਹਦਾ ਲੀਵਰ ਜਿਹਾ ਓ ਜਾ ਓਏ, ਮੈਨੂੰ ਵੀ ਪਤਾ, ਇਹੋ ਜਿਹੇ ਵੀ ਬੰਦੇ ਹੋਣੇ ਚਾਹੀਦੇ ਜਿਹਨਾਂ ਲੀਵਰ ਦਾ ਨਹੀਂ ਪਤਾ ਇੱਥੇ ਹੁੰਦਾ ਲੀਵਰ ਦਾ। ਬਾਕੀ ਇਹ ਸਾਰਾ ਕੰਮ ਹੀ ਗੱਡੀ ਦੇ ਹੋਣ ਵਾਲਾ, ਅਸੀਂ ਇਹਦੇ ਚ ਹੋਰ ਵੀ ਕੰਮ ਕਰਾਵਾਂਗੇ, ਉਹਦੇ ਲਈ ਮੈਟਿੰਗ ਵਗੈਰਾ ਖੜੇ ਪੈਰ ਤੁਹਾਨੂੰ ਗੱਡੀ ਦੇ ਰਿਹਾ ਤੇ ਤੁਹਾਨੂੰ ਇੰਨਾ ਕਿਤੇ ਚਾਹੀਦਾ ਹੀ ਹੈ। ਤੇ ਫਿਲਹਾਲ ਹੁਣ ਆਪਾਂ ਚੱਲੇ ਹਾਂ ਕਿਉਂਕਿ ਗੱਡੀ ਪਾਰਕ ਕਰਤੀ
ਤੇ ਬਾਕੀ ਤਾਂ ਸਾਰੇ ਮੇ ਬੀ ਅਸੀਂ ਤੁਹਾਨੂੰ ਇਹਦੇ ਹੋਰ ਵੀ ਵਲੌਗਸ ਦੇਵਾਂਗੇ ਤੇ ਪਰ ਅੱਜ ਤੁਹਾਨੂੰ ਲੋਇਲ ਵਿਲਸ ਦਾ ਹੀ ਅਪਡੇਟ ਦਿੰਦੇ ਹਾਂ ਜਿਹੜੇ ਵੀਰ ਭਰਾ ਕਹਿੰਦੇ ਨੇ ਥਾਰ ਬਾਰੇ ਇਨਫੋਰਮੇਸ਼ਨ ਚੱਲ ਵੀ ਮੁੰਡਿਆ ਓਏ ਜਿਹੜੀ ਪੈਟਰੋਲ ਸੀ ਜਿਹੜੀ ਤੂੰ ਪਹਿਲਾਂ ਜਿਹੜੀ 4x2 ਬੁੱਕ ਕਰਾਈ ਮੈਨੀ ਉਹ ਕਿੰਨੇ ਦੀ ਪੈਣ ਦੀ ਭਲਾ ਆਪਾਂ ਨੂੰ ਉਹ ਆਪਾਂ ਨੂੰ ਪੈਣੀ ਸੀ 16 lakh ਤੇ 20,000 ਦੀ ਅੱਛਾ ਉਹ 16-20 ਦੀ ਪੈਣੀ ਤੇ ਆਪਾਂ ਨੂੰ ਪਈ 1860 ਦੀ 1870 ਅਜੇ ਕਿ ਬਾਈ ਇਹਨੇ ਬੁੱਕ ਕਰਾਈ ਸੀ ਪਹਿਲਾਂ ਤੇ ਪਰ ਸਾਰਿਆਂ ਨੇ ਇੱਦਾਂ ਹੋ ਰਹੀ ਹੈ ਪਰ ਹੁਣ 5-door ਵੀ ਅਪ੍ਰੈਲ ਦੇ ਵਿੱਚ ਲਾਂਚ ਹੋ ਜੂਗੀ ਉਹਦੇ ਵੱਲ ਵੀ ਬਹੁਤ ਸਾਰੇ ਲੋਕ ਦੇਖ ਰਹੇ ਨੇ ਵੀ ਉਹ ਕੀ ਆ ਰਿਹਾ ਪਰ ਉਹਦਾ ਕਾਫੀ ਇਹਦੇ ਨਾਲ ਥੋੜਾ ਫਰਕ ਹੈ ਤੇ ਵਧੀਆ ਚੀਜ਼ ਹੈ ਵੈਸੇ ਉਹ ਵੀ ਤੇ ਕਿਉਂਕਿ ਉਹ 'ਚ ਡੋਰ ਵੀ 5 ਹੋ ਜਾਣੇ ਆ ਤੇ ਉੱਦਾਂ ਫਰਕ ਹੈ 3-door ਹੈਗੀ ਹੈ ਪੈਟਰੋਲ ਦੀ ਆਵਾਜ਼ ਨਹੀਂ ਹੈਗੀ ਵਾਈਬ੍ਰੇਸ਼ਨ ਨਹੀਂ ਹੈਗੀ ਇਹਨਾਂ ਨੇ ਕਾਫੀ ਕੁਛ ਇਹ 'ਚ ਚੇਂਜਸ ਕੀਤੇ ਨੇ ਵੈਸੇ ਕਿ ਜਿੱਦਾਂ ਇਹਦੇ ਪਹਿਲਾਂ ਅੰਦਰ ਪਾਣੀ ਆ ਜਾਂਦਾ ਸੀ ਜਾਂ ਠੀਕ ਹੈ ਨਾ ਜਿੱਦਾਂ ਇਹ ਵੀ ਇਹਨਾਂ ਨੇ ਹੁਣ ਥੋੜ੍ਹਾ ਜਿਹਾ ਲਾਈਕ ਵਧੀਆ ਕਰਤਾ ਪਹਿਲਾਂ ਹੋਰ ਹਿਸਾਬ ਦਾ ਸੀ ਖੋਲ੍ਹਣਾ ਜਿਹੜਾ ਸੀ ਔਖਾ ਸੀ ਇਸ ਕਰਕੇ ਹੁਣ ਕਾਫੀ ਰਬੜਸ ਵਗੈਰਾ ਤੇ ਕਿਉਂਕਿ ਆਰਐਨਡੀ ਟਾਈਮ ਟੂ ਟਾਈਮ ਹੀ ਹੁੰਦੀ ਹੈ ਲੋ ਵੀ ਦੋਸਤੋ ਅੰਮ੍ਰਿਤਸਰ ਕਾਫੀ ਚਿਰ ਬਾਅਦ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਵੈਸੇ ਬੇਸਿਕਲੀ ਤੇ ਇਹ ਆ ਗਿਆ ਬਈ ਆਪਾਂ ਆਏ ਸੀ ਬਾਈਪਾਸ ਹੀ ਘੁੰਮ ਕੇ ਤੇ ਇਹ ਜਲੰਧਰ ਵਾਲਾ ਆ ਗਿਆ ਤੇ ਸਟਾਰਟਿੰਗ 'ਚ ਇਹ ਗੋਲਡਨ ਗੇਟ ਆ ਜਾਂਦਾ ਠੀਕ ਹੈ ਕਾਫੀ ਫੇਮਸ ਹੈ ਇਹ ਤੇ ਸਾਰੇ ਵੀਰ ਭਰਾ ਇੱਥੋਂ ਹੀ ਲੰਘ ਕੇ ਜਾਂਦੇ ਆਪਾਂ ਇੱਥੋਂ ਨਾ ਐਂ ਲੰਘ ਜਾਈਏ ਕਿਉਂਕਿ ਉੱਦਾਂ ਉੱਤੋਂ ਘੁੰਮ ਕੇ ਆਉਣਾ ਪੈਣਾ ਧਿਆਨ ਨਾਲ ਕਰੀ ਕਿਉਂਕਿ ਇੱਥੇ ਬਈ ਸਾਬਵੇ ਵਗੈਰਾ ਬ੍ਰਿਸਟਾ ਵਗੈਰਾ ਵੀ ਖੁੱਲ੍ਹ ਗਿਆ ਤੇ ਉੱਦਾਂ ਤੁਹਾਨੂੰ ਉਹ ਅੱਗਿਓਂ ਯੂ ਟਰਨ ਲੈ ਕੇ ਆਉਣਾ ਪੈਣਾ ਸੀ ਇਸ ਕਰਕੇ ਅਸੀਂ ਉੱਧਰ ਨੂੰ ਨਹੀਂ ਗਏ ਤੇ ਅਸੀਂ ਇੱਥੋਂ ਹੀ ਚੱਲ ਜਾਵਾਂਗੇ ਤੇ ਉਹ ਜਿੱਥੇ ਆਟੋ ਜਾਣ ਡਿਆ ਨਾ ਉੱਥੇ ਹੀ ਜਾਈ ਤੇ ਬਾਈ ਇੱਥੇ ਸਾਹਮਣੇ ਹੋਟਲ ਵੀ ਵੈਸੇ ਆ ਚੱਲਿਆ ਬੈਸਟ ਵੈਸਟਰਨ ਵਾਲਿਆਂ ਦਾ ਤੇ ਇਹ ਨਿਸ਼ਾਨ ਦੀ ਏਜੰਸੀ ਹੈ ਪਤਾ ਹੀ ਹੈ ਸਾਰਿਆਂ ਨੂੰ ਵੈਸੇ ਤਾਂ ਇੰਸਟਾਗ੍ਰਾਮ 'ਤੇ ਸਰਚ ਵੀ ਕਰ ਲਿਓ ਤੇ ਅਸੀਂ ਸਵੇਰੇ ਸਵੇਰੇ ਅਰਲੀ ਆਏ ਹਾਂ ਵੈਸੇ 10 ਵਜੇ ਸਟੋਰ ਖੋਲ੍ਹ ਲੈਂਦੇ ਨੇ ਅਤੇ ਰਾਤ ਨੂੰ 8 ਵਜੇ ਤੱਕ ਤਾਂ ਅਵੇਲੇਬਲ 9 ਵਜੇ ਤੱਕ ਹੁੰਦੇ ਹੀ ਹੁਣ ਗਰਮੀਆਂ ਆ ਚੱਲੀਆਂ ਅਤੇ ਇਹ ਸਾਰਾ ਸਟੋਰ ਆ ਅਤੇ ਇੱਥੇ ਲਾ ਲਾ ਆਪੇ ਲਾ ਲੈਣਗੇ ਬਾਅਦ 'ਚ ਉਹਦੇ ਗੱਡੀ ਦੇ ਮਗਰ ਲਾ ਦੇ ਬਈ ਸਟੋਰ ਤਾਂ ਅਜੇ ਜਮ੍ਹਾਂ ਖੋਲ੍ਹ ਹੀ ਰਹੇ ਨੇ ਅਤੇ ਬੜੇ ਟਾਈਮ 'ਤੇ ਆਏ ਆਪਾਂ ਵੈਸੇ ਕਿਉਂਕਿ ਉੱਦਾਂ ਲੱਗ ਜਾਂਦਾ ਟਾਈਮ ਇਹ ਹੈਗਾ ਵੀ ਸਾਰਾ ਸਟੋਰ ਠੀਕ ਹੈ ਅਤੇ ਹੁਣ ਆਪਾਂ ਟਾਈਮ ਨਾਲ ਥੋੜ੍ਹੇ ਵਿਹਲੇ ਹੋ ਜਾਵਾਂਗੇ ਆਹੋ ਮਤਲਬ ਪੰਗਾ ਹੀ ਹੈ ਵੈਸੇ 2 ਜਣਿਆਂ ਵਾਸਤੇ ਵਧੀਆ ਹੈ ਅਤੇ ਜੇ ਮੁੰਡੇ ਖੁੰਡਿਆ ਫਿਰ ਠੀਕ ਹੈ ਉੱਦਾਂ ਪੰਗਾ ਹੀ ਹੁੰਦਾ ਵਾ ਅਤੇ ਬਾਕੀ ਬਈ ਸਾਰਾ ਕੁਛ ਇਹਦਾ ਅਜੇ ਲਾਈਟਸ ਵਗੈਰਾ ਸਾਰਾ ਕੁਝ ਕਰਾਵਾਂਗੇ ਇਹ ਬੈਚਿੰਗ ਇਹਦੀ ਗੱਲ ਕਰਦਾ ਮੈਂ 4x4 ਲਿਖਿਆ ਹੁੰਦਾ 4x2 ਦੇ ਨਹੀਂ ਲਿਖਿਆ ਹੁੰਦਾ ਆ ਜਾ ਅਤੇ ਇਹ ਬਾਈ ਇਹਨਾਂ ਕੋਲ ਸਾਰੀ ਇੱਥੇ ਆਥੋਰਾਈਜੇਸ਼ਨ ਵੀ ਹੈਗੀ ਆ ਸਾਰੇ ਬ੍ਰਾਂਡਸ ਦੇ ਟਾਇਰ ਵਗੈਰਾ ਸਾਰਾ ਕੁਛ ਹੀ ਮਿਲ ਜੂਗਾ ਅਤੇ ਅੱਜ ਬਾਈ ਹੁਣੀ ਇੱਕ ਤਾਂ ਕਿਤੇ ਗਏ ਨੇ ਇੱਕ ਹੀ ਆਪਾਂ ਨੂੰ ਮਿਲਣਗੇ ਅਤੇ ਅੱਜ ਰੈਂਡਮ ਛਾਪਾ ਹੀ ਗਿਆ ਇੱਥੇ ਇਹ ਸਫਾਈ ਸਫੂਈ ਚੱਲ ਰਹੀ ਹੈ ਉਸਤਾਦ ਜੀ ਕੀ ਹਾਲ ਹੈ ਠੀਕ ਠਾਕ ਹੋ ਆਇਆ ਕੋਈ ਕਿ ਨਹੀਂ ਅਜੇ ਬੁਲਾਇਓ ਮਾੜਾ ਜਿਹਾ ਲਓ ਵੀ ਅਜੇ ਤਾਂ ਅਸੀਂ ਐਂਟਰੀ ਹੋਏ ਹਾਂ ਅਤੇ ਖਲਾਰਾ ਬਜਾਕਰ ਉਹ ਕਿਆ ਬਾਤ ਹੈ ਉਹ ਰੈਕ ਬਾਈ ਨੇ ਬਹੁਤ ਸੋਹਣਾ ਬਣਾ ਦਿੱਤਾ ਵੈਸੇ ਅਤੇ ਆਪਾਂ ਹੁਣ ਬਾਈ ਨੂੰ ਪਹਿਲਾਂ ਮਿਲਦੇ ਹਾਂ ਹਾਂਜੀ ਭਾਅ ਜੀ ਕੀ ਚਾਹੀਦਾ ਤੁਹਾਨੂੰ ਕੁਛ ਲੈਣਾ ਹੈ ਤੁਸੀਂ ਅੱਜ ਅਸੀਂ ਮਾਲਕਾ ਸਟੋਰ ਦੇ ਇਹ ਬਾਈ ਅੱਜ ਸਾਨੂੰ ਅੱਜ ਇਹ ਅਟੈਂਡ ਕਰਨਗੇ ਇਹ ਗੋਪੀ ਆ ਬਾਈ ਮੇਰਾ ਦੋਸਤ ਅਤੇ ਇਹ ਰੈਂਡਮ ਅਸੀਂ ਅੱਜ ਦੇ ਨਾ ਆਪਣੀ ਥਾਰ ਹੀ ਲੈ ਕੇ ਆਏ ਹਾਂ ਅਤੇ ਥੋੜ੍ਹਾ ਕੰਟੈਂਟ ਬਣਾਈਏ ਠੀਕ ਹੈ ਜੀ ਪ੍ਰੋਫੈਸ਼ਨਲ ਸ਼ੂਟ ਨਹੀਂ ਕਰਦੇ ਥੱਲੇ ਆ ਰਹੇ ਸੀ ਤੁਹਾਨੂੰ ਮਿਲ ਗਈ ਹੈ ਬਾਅਦ 'ਚ ਮੇਰਾ ਟਾਈਮ ਬਾਅਦ ਲੱਗ ਜਾਂਦਾ ਅਤੇ ਇਸ ਕਰਕੇ ਬਾਈ ਦੂਜੇ ਦਿਨ ਸ਼ਾਇਦ ਕਿਤੇ ਗਏ ਮੇਰੀ ਗੱਲ ਅਤੇ ਥਾਰ ਦਾ ਸਾਨੂੰ ਕੀ ਵਿਖਾਓਗੇ ਕੀ ਨਵਾਂ ਕੁਛ ਥਾਰ ਦਾ ਆ ਜਾਓ ਕਿੰਨੇ ਇੰਚ ਪਾਉਣਾ ਦੱਸੋ ਕੀ ਪਾ ਕੀ ਚੱਲ ਕੀ ਰਿਹਾ ਹੋਇਆ ਮਾਰਕੀਟ ਚੱਲ ਕੇ ਮਾੜਾ ਦੱਸ ਵੀ ਦਿਓ ਮੇਰੇ ਵਿਊਵਰਸ ਨੂੰ ਵੀਰ ਜੀ ਇਸ ਤਰ੍ਹਾਂ ਵਾ ਜਿਹੜੇ ਥੋੜੀ ਡਰਾਈਵ ਕੰਫਰਟ ਚਾਹੁੰਦੇ ਨੇ ਉਹ 17-18 ਇੰਚ ਤੱਕ ਪਾ ਲੈਂਦੇ ਨੇ ਠੀਕ ਹੈ ਜਿਨ੍ਹਾਂ ਨੇ ਥੋੜਾ ਜਿਹਾ ਵੀ ਟਾਇਰ ਬਾਹਰ ਨੂੰ ਵੀ ਚਾਹੀਦੇ ਨੇ ਵੱਡੇ ਚਾਹੀਦੇ ਨੇ 12x12 ਪਾ ਦੀ ਦੇਣਾ ਉਹਨਾਂ ਨੂੰ ਕੋਈ ਪਾਜ ਉਹ ਮੈਨੂੰ ਰੈਕ ਬੜਾ ਸੋਹਣਾ ਲੱਗਾ ਬਣਾਇਆ ਨਵਾਂ ਐਡ ਕੀਤਾ ਆਪਾਂ ਹਨਾ ਤੇ ਇਹਦੇ 'ਚ ਕੁਝ ਸਪੈਸ਼ਲ ਇੱਕ ਥਾਰ ਲਈ ਕਰਿਆ ਜਾਂ ਕਿ ਸਾਰੇ ਗੱਡੀਆਂ ਲਈ ਥਾਰ ਲਈ ਅੱਛਾ ਉਹਦੇ ਲਈ ਕੀਤਾ ਠੀਕ ਹੈ 12x12 ਦੀ ਹੁਣ ਥੋੜੀ ਡਿਮਾਂਡ ਵੱਧ ਗਈ ਠੀਕ ਹੈ ਇੱਕ ਆਪਾਂ ਨੂੰ ਵਲੌਗ ਪਾਇਆ ਨੂੰ ਵੈਸੇ ਬੜਾ ਚਿਰ ਹੋ ਗਿਆ ਤੇ ਹੁਣ ਮੈਂ ਤਾਂ ਇਹ ਸੀ ਵੀ ਚੱਲ ਅਪਡੇਟ ਦਿੰਦੇ ਹਾਂ ਅਸੀਂ ਥੋੜੀ ਡਿਸਕਸ਼ਨ ਕਰ ਲਈਏ ਫਿਰ ਅਸੀਂ ਤੁਹਾਨੂੰ ਮਿਲਦੇ ਹਾਂ ਲਓ ਵੀ ਪਹਿਲਾਂ ਸੋਚ ਕੇ ਬੈਠਾ ਮੈਂ ਕਾਊਂਟਰ ਦਾ ਵਾ
ਪਲਾਟੀ ਚਾਹੁੰਦਾ ਜਾਂ ਕਿਸੇ ਹੋਰ ਚਾਹੁੰਦਾ ਦਸ ਨਾਲ ਟਾਇਰ ਬਾਹਰ ਨਿਕਲ ਆਉਂਦਾ ਸੋਹਣੇ ਵੀ ਇਹ ਲੱਗਦੇ ਆ ਤੇ ਇਹ ਵੈਸੇ ਫਿਊਲ ਦਾ ਓਰੀਜਨਲ ਪਿਆ ਇੱਥੇ ਠੀਕ ਹੈ ਇਹ 18 ਇੰਚ ਹੈ ਇਹ 20 ਇੰਚ ਹੈ ਅੱਛਾ 20 ਆ ਗਏ ਸਾਰੇ ਰੈਪਲਿਕਾ ਡਿਜ਼ਾਈਨ ਹੈ ਅੱਛਾ ਓਕੇ ਠੀਕ ਹੈ ਇੱਕ ਆਪ ਮਿਲ ਜੂਗਾ 12 ਇੰਚ ਦਾ ਮਿਲ ਜੂਗਾ ਅੱਛਾ 20 ਬਾਏ 12 ਦੇ ਇਹ ਤਾਂ ਕਾਫੀ ਡੈਫਟ ਹੈ ਹਨਾ ਹਾਂਜੀ ਤੇ ਇੱਕ ਆਪ 20 ਦਾ ਮਿਲ ਜੂਗਾ ਓਕੇ ਇੱਕ ਪਲੈਟੀ ਦਾ ਨਵਾਂ ਅੱਜ ਕੱਲ ਚੱਲਦਾ ਆ ਕੀ ਚੀਜ਼ ਹੈ ਇੱਕ ਮਿੰਟ ਮੈਂ ਮੜਾ ਦੱਸ ਹੀ ਦਿਓ ਇਦਾਂ ਹੀ ਆ ਕੀ ਚੀਜ਼ ਹੈ ਇਹ 20 ਬਾਏ 12 ਜੀ ਯਾਰ ਇਹ ਨਵਾਂ ਨਹੀਂ ਆਇਆ ਹਨਾ ਹਾਂਜੀ ਅੱਛਾ ਇਹ 20 ਬਾਏ 12 ਹਨਾ ਹਾਂਜੀ ਆ 20 ਬਾਏ 12 ਜੀ ਓਕੇ ਹੁਣ ਇੱਕ ਚੀਜ਼ ਇੱਥੇ ਮੇਰੇ ਵਿਊਵਰਸ ਨੂੰ ਕਨਫਿਊਜ਼ਨ ਹੋ ਜਾਣੀ ਹੈ ਬਹੁਤ ਸਾਰੇ ਲੋਕਾਂ ਨੂੰ ਹੈਗੀ ਵੀ ਆ 12 ਚ ਤੇ 10 ਚ ਕੀ ਫਰਕ ਹੈ 20 ਬਾਏ 12 ਅੱਛਾ ਅੱਛਾ ਇਹ ਜਿਹੜੀ 12 ਉਹ ਚੌੜੀ ਹੁੰਦੀ ਹੈ 10 ਥੋੜ੍ਹੀ ਘੱਟ ਜਾਣੀ ਹੈ ਹਨਾ ਠੀਕ ਹੈ ਜੀ ਮੈਂ ਕਲੀਅਰ ਕਰ ਦਿਆਂ ਨਾਲ ਨਾਲ ਹੀ ਤੇ ਬਾਈ ਇਹ ਵੀ ਬਹੁਤ ਸੋਹਣੇ ਡਿਜ਼ਾਈਨ ਨੇ ਅੱਛਾ ਹੋਰ ਉੱਧਰ ਉਹ ਵੀ ਰੈਕ ਹੈਗਾ ਹਾਂ ਇਹ ਵੀ ਨਵਾਂ ਆਇਆ ਹਨਾ ਵੈਸੇ ਅੱਛਾ 20 ਬਾਏ 10 ਮਿਲ ਜਾਏਗਾ ਇਹ ਹੈ ਇਹ ਵੀ 20 ਦਾ ਰੈਕ ਹੈ ਸਾਰਾ ਅੱਛਾ 12 ਬਾਏ 12 ਠੀਕ ਹੈ ਪਰ ਇਹ 'ਚ ਮਿਲ ਜੂਗਾ ਹਨਾ ਆਪਾਂ ਨੂੰ ਤੇ ਇਹ ਵੈਸੇ ਨਾਰਮਲ ਹਨਾ ਆ ਗਿਆ ਇਹ ਪਲੈਟੀ 'ਚ 20 ਇੰਚ ਵੀ ਆਉਂਦਾ 22 ਇੰਚ ਵੀ ਆਉਂਦਾ ਪਲੈਟੀ ਇਹ 'ਚ 10 ਉਹ ਅੱਛਾ 10 ਹੀ ਮਿਲਣਾ ਚਾਹੀਦਾ ਠੀਕ ਹੈ ਤੇ ਉਹ ਆ ਗਿਆ ਦੂਜਾ ਆ ਗਿਆ ਨਵਾਂ ਹਨਾ ਆਪਾਂ ਤਾਂ ਕ੍ਰੋਮ ਪਾਉਂਦੇ ਸੀ ਉਹਦੇ ਵਿੱਚ ਬਲੈਕ ਦੇ ਵਿੱਚ ਆ ਗਈ ਠੀਕ ਹੈ ਬਈ ਇਹ ਕਾਫੀ ਸੋਹਣੇ ਡਿਜ਼ਾਈਨ ਨਵੇਂ ਆ ਚੁੱਕੇ ਆ ਮਾਰਕੀਟ 'ਚ ਇਹ ਵੀ ਕਾਫੀ ਸੋਹਣਾ ਇਹ ਵੀ ਕੁਝ ਨਵਾਂ ਵਾ ਅਲੱਗ ਵਾ ਬਈ ਇਹ ਵੀ ਸਾਰਾ ਹੀ ਤੇ ਕਾਫੀ ਸੋਹਣੇ ਡਿਜ਼ਾਈਨਸ ਹੈਗੇ ਆ ਤੇ ਇਹ ਵੀ ਕੁਝ ਨਵਾਂ ਆ ਗਿਆ ਇਹ ਬਈ ਕਸਟਮ ਆ ਗਿਆ ਸਾਰਾ ਸਿਸਟਮ ਥੋੜਾ ਜਿਹਾ ਤੇ ਅੱਜ ਕੱਲ ਕਿਉਂਕਿ ਬਲੈਕ ਥੋੜੀ ਜ਼ਿਆਦਾ ਚੱਲ ਰਹੀ ਹੈ ਇਸ ਬਲੈਕ ਸਿਸਟਮ ਥੋੜਾ ਜ਼ਿਆਦਾ ਚੱਲ ਇਹ ਵੀ ਥੋੜਾ ਅਲੱਗ ਚੀਜ਼ ਆ ਗਈ ਇਹ ਕ੍ਰੋਮ 'ਚ ਆ ਗਿਆ ਤੇ ਇਹ ਸਾਰੇ ਆਰਟੀਕਲਸ ਨੇ ਤੇ ਇਹ ਤੁਸੀਂ ਇੱਥੇ ਵਿਜ਼ਿਟ ਕਰਿਓ ਤੁਹਾਨੂੰ ਪਤਾ ਲੱਗੂਗਾ ਫਿਰ ਅਸੀਂ ਵੀ ਵੇਖਦੇ ਹਾਂ ਕਿ ਇਹ ਦੂਜੇ ਹੋਰ ਲਾਈਕ ਛੋਟੀਆਂ ਗੱਡੀਆਂ ਗੁੱਡੀਆਂ ਵਾਲੇ ਜਿਹੜੇ ਆਪਣੇ ਦੂਸਰੀਆਂ ਗੱਡੀਆਂ ਲਈ ਆ ਗਏ ਉਹ ਵੱਡਾ ਆ ਗਿਆ ਥੋੜ੍ਹਾ ਜਿਹਾ ਤੇ ਇਹ ਆਪਣੇ ਹੋਰ ਚੀਜ਼ਾਂ ਵਾਸਤੇ ਆ ਇਹ ਬਾਈ ਫੋਰਚੂਨਰ ਦਾ ਆਈ ਥਿੰਕ ਸਾਰਾ ਸੈਗਮੈਂਟ ਹਾਂ ਫੋਰਚੂਨਰ ਦਾ ਸੈਗਮੈਂਟ ਆ ਸਾਰਾ ਸਾਰਾ ਮਤਲਬ ਇੱਥੇ ਤੁਹਾਨੂੰ ਸਾਰਾ ਕੁਛ ਹੀ ਮਿਲ ਜੂਗਾ ਵੀ ਕਸਰ ਕਿਸੇ ਚੀਜ਼ ਦੀ ਨਹੀਂ ਰਹਿ ਜਾਣੀ ਇਹ ਆਪਣੇ ਦੂਜਾ ਇਹਨਾਂ ਕੋਲ ਇਹ ਵੀ ਅਵੇਲੇਬਲ ਆ ਗਿਆ ਸਟੋਕ 'ਚ ਆ ਗਿਆ ਅਤੇ ਇੱਧਰ ਬਾਈ ਇਹ ਵੀ ਵਾਲ ਸਾਰੀ ਭਰੀ ਪਈ ਹੈ ਇਸ ਟਾਈਮ ਅਤੇ ਉਹ ਡਿਜ਼ਾਈਨ ਫੋਰਚੂਨਰ 'ਚ ਕਾਫੀ ਚੱਲ ਰਿਹਾ ਠੀਕ ਹੈ ਇਹ ਵੀ ਕਾਫੀ ਚੱਲ ਰਿਹਾ ਇਸ ਕਰਕੇ ਥੋੜ੍ਹਾ ਖਲਾਰਾ ਜਿਹਾ ਪਿਆ ਹੋਇਆ ਅਤੇ ਇਹ ਬਲੈਕ ਫਿਨਿਸ਼ 'ਚ ਵੀ ਹੈਗਾ ਇਹ ਵੀ ਥੋੜ੍ਹਾ ਸੋਹਣਾ ਲੱਗ ਰਿਹਾ ਲੋਏ ਮੈਨੂੰ ਵੱਖਰਾ ਜਿਹਾ ਲੱਗ ਰਿਹਾ ਅਤੇ ਇਸ ਕਰਕੇ ਬਾਈ ਇੱਥੇ ਤੁਹਾਨੂੰ ਸਾਰਾ ਕੁਛ ਹੀ ਆਲਮੋਸਟ ਮਿਲ ਜੂਗਾ ਕਿਸੇ ਚੀਜ਼ ਦੀ ਕਸਰ ਨਹੀਂ ਰਹਿ ਜਾਣੀ ਜਸਟ ਛੋਟਾ ਆਪ ਹੈਗਾ ਅਪਡੇਟ ਹੈਗਾ ਅਤੇ ਮਨੀ ਪਤਾ ਕੀ ਕਰੀਏ ਮੇਰੀ ਗੱਲ ਸੁਣ ਆਹ ਲਵਾ ਕੇ ਵੇਖ ਲਈਏ ਇੱਕ ਠੀਕ ਹੈ ਦੋ ਕੁ ਲਵਾ ਕੇ ਵੇਖ ਲਾ ਜਿਹੜਾ ਤੈਨੂੰ ਠੀਕ ਲੱਗਦਾ ਇੱਕ ਜਿਹੜਾ ਇਹ ਕਹਿਣ ਡਿਆ ਇਹਨੂੰ ਉਹ ਲਾ ਕੇ ਦਿਖਾ ਦਿਓ ਠੀਕ ਹੈ ਹਾਂ ਤੇ ਇੱਕ ਹਾਲ ਲਵਾ ਦਿਓ ਮੈਨੂੰ ਵੀ ਠੀਕ ਲੱਗਾ ਹਨਾ ਹਾਂ ਟਾਇਰ ਹੁਣ ਦੱਸੋ ਗੁੱਟੀ ਦਾ ਕੀ ਕਰਨਾ ਬਈ ਟਾਇਰਾਂ ਦੀ ਗੁੱਟੀਆਂ ਦਾ ਵੀ ਬੜਾ ਫਰਕ ਹੈ ਨਾ ਬਾਈ ਵੈਸੇ ਜ਼ਿਆਦਾ ਅੱਜ ਕੱਲ੍ਹ ਕੀ ਚੱਲ ਰਿਹਾ ਕੰਫਰਟ ਕੀ ਚੱਲ ਰਿਹਾ ਅੱਛਾ ਹਾਂ ਸੋਹਣੀ ਵੀ ਇਹੋ ਲੱਗਣੀ ਹੈ ਨਹੀਂ ਮੈਨੂੰ ਉਹ ਆਹ ਤਾਂ ਨਹੀਂ ਮੈਨੂੰ ਸੋਹਣੀ ਲੱਗੀ ਨਹੀਂ
ਹਾਂ ਉਹ ਸੋਹਣੀ ਹੈ। ਅੱਛਾ ਪਰ ਉਹ ਗੁੱਟੀ ਜ਼ਿਆਦਾ ਸੋਹਣੀ ਹੈ ਵੈਸੇ। ਅੱਛਾ ਹਾਂ ਵੀ ਸੋਹਣੀ ਹੈ ਵੈਸੇ। ਓਕੇ ਤੇ ਇਹ ਵੈਸੇ ਕਿਸੇ ਬ੍ਰਾਂਡ ਦੇ ਨੇ ਕਿ ਇੰਪੋਰਟਡ ਨੇ ਬਾਹਰ? ਤੇ ਮੈਨੂੰ ਪਤਾ ਲੱਗਿਆ ਰੇਟ ਰੂਟ ਵੀ ਵੱਧ ਗਏ ਅੱਗੇ ਨਾਲੋਂ। ਠੀਕ ਰਹੂਗਾ ਚੱਲ ਮਣੀ ਫਿਰ ਵੇਖ ਕੀ ਕਰਨਾ ਗੁੱਟੀ ਦਾ, ਲਵਾ ਕੇ ਰੱਖੀ ਇਹੋ ਲਵਾ ਦੋ ਫਿਰ ਠੀਕ ਹੈ। ਤੇ ਬਾਈ ਇੱਧਰ ਅਸੀਂ ਹੋਰ ਵੀ ਸੈਗਮੈਂਟ ਸਾਰਾ ਹੀ ਬਾਈ ਹੋਣਾ ਕੋਈ ਇੱਥੇ ਪਿਆ ਵਾ, ਜਸਟ ਵਿਜ਼ਿਟ ਕਰਿਓ ਫਿਰ ਤੁਹਾਨੂੰ ਪਤਾ ਲੱਗ ਜੂ। ਤੇ ਅਸੀਂ ਜਸਟ ਇਹ ਆਪਣੇ ਲਈ ਬਣਾ ਰਹੇ ਹਾਂ ਤੇ ਜੇ ਬਾਈ ਕਮੈਂਟ ਕਰੋਗੇ ਵੱਧ ਤੋਂ ਵੱਧ ਹੈ ਨਾ ਤੇ ਫਿਰ ਅਸੀਂ ਤੁਹਾਨੂੰ ਇੱਕ ਪ੍ਰੋਪਰ ਪ੍ਰੋਫੈਸ਼ਨਲੀ ਸ਼ੂਟ ਵੀ ਦੇ ਦਾਂਗੇ ਤੇ ਇਸ ਕਰਕੇ ਉਹ ਚੀਜ਼ ਹੈ। ਮੈਨੂੰ ਤਾਂ ਠੀਕ ਲੱਗਿਆ ਮਨੀ ਵੈਸੇ ਨਾ ਉਹ ਗੁੱਟੀ ਵਧੀਆ ਰਹੂਗੀ ਵੈਸੇ ਹੋਏ। ਤੇ ਅਲੋਏ ਤੈਨੂੰ ਕੋਈ ਨਵਾਂ ਹੋਰ ਲੱਗਿਆ ਵਧੀਆ? ਉੱਦਾਂ ਤੇਰੇ ਉੱਦਾਂ ਨੂੰ ਤੈਨੂੰ ਪਸੰਦ ਨਹੀਂ ਨਾ ਉਹ ਆਫ ਰੋਡ ਵਾਲੇ, ਉਹ ਨਹੀਂ ਪਸੰਦ ਹੈ ਨਾ? ਜੇ ਤੂੰ ਲਵਾ ਕੇ ਵੇਖਣਾ ਚਾਹੁੰਦਾ ਹੋਰ ਵੀ ਵੇਖ ਲੈ ਕੋਈ। ਤੈਨੂੰ ਆਹ ਕਿਵੇਂ ਲੱਗਿਆ ਮਣੀ, ਆਹ ਜਿਹੜਾ ਹਾ ਪਾਇਆ ਹੋਇਆ? ਆਹੋ ਹੈ ਹਜੇ ਥਾਰ ਵਾਲੇ ਪਰ ਇਹ ਨਵਾਂ ਜਿਹਾ ਪਰ ਇਹ ਤੇ ਇਸ ਕਰਕੇ ਬਾਈ ਸਾਰਾ ਕੁਛ ਹੈਗਾ। ਤੇ ਹੁਣ ਅਸੀਂ ਦੋ ਕੁ ਡਿਸਾਈਡ ਕੀਤੇ ਆ ਪੀਸ, ਉਹ ਲਾ ਕੇ ਤੁਹਾਨੂੰ ਦਿਖਾਉਂਦੇ ਆ ਕੀ ਹੈਗਾ ਫਿਰ ਆਪਾਂ ਬਾਕੀ ਤੁਹਾਨੂੰ ਫਿਰ ਸਰ ਗਿਆ। ਚਲੋ ਆਓ ਵੀ ਦੋਸਤੋ ਤੁਹਾਨੂੰ ਦਿੰਦੇ ਆ ਸਰਪ੍ਰਾਈਜ਼। ਵੈਸੇ ਅੱਜ ਜ਼ਿਆਦਾ ਅਸੀਂ ਨਹੀਂ ਬੋਲ ਰਹੇ ਕਿਉਂਕਿ ਸਾਡੀ ਪਰਸਨਲ ਟਾਕਸ ਵੀ ਚੱਲਣ ਡੀਆਂ ਨੇ ਕਾਫੀ ਦਿਨਾਂ ਬਾਅਦ ਅਸੀਂ ਇਕੱਠੇ ਹੋਏ ਹਾਂ। ਇਹ ਬਾਈ ਦੋਵੇਂ ਲਾਤੇ ਬਾਈ ਨੇ ਤੇ ਹੁਣ ਤੁਸੀਂ ਵੀ ਦਿਓ ਆਪਦੇ ਰਿਵਿਊਜ਼ ਵੀ ਕਿਵੇਂ ਲੱਗ ਰਿਹਾ। ਹੁਣ ਪਹਿਲੀ ਤਾਂ ਗੱਲ ਇੱਕ ਇੱਥੇ ਕਲੀਅਰ ਕਰਦਾ ਮੈਂ ਕਿ 20 ਇੰਚੀ ਪਾਏ ਆ ਤੇ ਦੋਵਾਂ ਦਾ ਟਾਇਰ ਜਿਹੜਾ ਵਾ ਇਹ ਇੰਚੀ ਇੰਚੀ ਬਾਹਰ ਆ ਜਾਂਦਾ ਬਾਈ। ਤੇ ਇਹਦਾ ਚਲਾਨ ਤੇ ਨਹੀਂ ਹੈਗਾ ਫਿਲਹਾਲ? ਸੱਚੀ ਝੂਠ ਨਹੀਂ ਹੈਗਾ, ਇਹ ਗੱਲ ਦੱਸਣੀ ਪੈਣੀ ਹੈ ਕਿਉਂਕਿ ਵਿਊਜ਼ ਬਾਅਦ ਕਹਿਣਗੇ ਸਾਨੂੰ ਧੱਕਾ ਕਰਦਾ। ਪਰ ਬਾਈ ਕਹਿੰਦਾ ਵੀ ਆਪਣੀ ਮਰਜ਼ੀ ਨਾਲ ਮੇਰੇ ਲੋ 20 ਪਵਾ ਲਓ, ਮੇਰੇ ਲੋ 18 ਪਵਾ ਲਓ, ਮੇਰੇ ਲੋ ਪਵਾ ਲਓ 22 ਤੇ ਭਾਵੇਂ 24 ਵੀ ਪੈ ਜਾਂਦੇ ਨਾ, ਲੋਕ ਪਵਾਈ ਜਾਂਦੇ ਆ ਨਾ ਵੈਸੇ ਤੇ ਇਸ ਕਰਕੇ ਬਈ ਇਹ ਫਰਕ ਆਉਂਦਾ। ਤੇ ਪਰ ਇਹ ਇੰਨੇ ਕੁ ਸੋਹਣੇ ਲੱਗਦੇ ਆ, ਕੋਈ ਮਾੜੀ ਗੱਲ ਨਹੀਂ ਹੈਗੀ। ਹਾਂ ਚੰਡੀਗੜ੍ਹ ਜਾਓਗੇ ਤੇ ਦੈਨ ਚਲਾਨ ਹੈ, ਪਰ ਮੈਨੂੰ ਇਹ ਡੀਸੈਂਟ ਲੁੱਕ ਲੱਗਦੀ ਹੈ ਤੇ ਕੰਫਰਟ ਦੇ ਵਿੱਚ ਵੀ ਇਹਦੇ 'ਚ ਕੋਈ ਕੰਪਰੋਮਾਈਜ਼ ਨਹੀਂ ਹੁੰਦਾ, ਵੀ ਇਹ 'ਚ ਠੀਕ ਰਹਿ ਜਾਂਦਾ। ਤੇ ਇਸ ਕਰਕੇ ਇਹ ਚੀਜ਼ ਆ ਜਾਂਦੀ ਆ ਬਾਈ। ਤੇ ਥਾਰ ਵੀ ਐਕਚੁਅਲ 'ਚ ਥਾਰ ਲੱਗਣ ਲੱਗ ਜਾਂਦੀ ਕਿਉਂਕਿ ਅਲੋਏ ਵੀਲਸ ਤੋਂ ਬਿਨਾਂ ਗੱਡੀ ਕਿਸੇ ਕੰਮ ਦੀ ਨਹੀਂ ਹੈਗੀ। ਇਹਦੀ ਬੈਕ ਵਾਲੀ ਦੀ ਲੁੱਕ ਆ ਗਈ, ਇਹ ਨਵਾਂ ਆਰਟੀਕਲ ਆ ਗਿਆ ਇੱਕ ਮਾਰਕੀਟ 'ਚ, ਉਹ ਪਹਿਲਾਂ ਵਾਲਾ ਜਿਹੜਾ ਹੈਗਾ ਫਿਊਲ ਦਾ ਚੱਲੀ ਜਾਂਦਾ ਉਹੀ ਸੀਗਾ। ਤੇ ਟਾਇਰ ਅਸੀਂ ਜਿਹੜਾ ਕਿ ਇਹਦੇ ਵਿੱਚ ਵੈਸੇ ਇਹ ਯੂਜ਼ ਕੀਤਾ ਗੁੱਟੀ ਵਾਲਾ ਥੋੜ੍ਹਾ ਜਿਹਾ ਕਿਉਂਕਿ ਸੋਹਣਾ ਵੀ ਲੱਗਦਾ। ਅਤੇ ਇਹਦੀ ਲੁੱਕ ਆਈ ਆ ਸਾਰੀ, ਹੁਣ ਤੁਸੀਂ ਦੱਸਿਓ, ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਕਰਾਉਣਾ ਚਾਹੀਦਾ, ਪਰ ਵੈਸੇ ਅਸੀਂ ਇੱਥੇ ਡਿਸਾਈਡ ਕਰ ਲਾਂਗੇ। ਕਿਵੇਂ ਲੱਗ ਰਿਹਾ, ਕਿਹੜਾ ਤੁਹਾਨੂੰ ਠੀਕ ਲੱਗਦਾ ਫਿਰ ਇਹ? ਹੁਣ ਤੂੰ ਤੇਰੀ ਕਾਲ ਹੈ, ਉਹ ਨਵੀਂ ਚੀਜ਼ ਆ ਥੋੜ੍ਹੀ ਜਿਹੀ, ਉਹ ਥੋੜ੍ਹੀ ਪੁਰਾਣੀ ਹੋ ਗਈ ਆ, ਵਾਹਵਾ ਚਿਰ ਦੀ ਚੱਲੀ ਜਾਂਦਾ ਆਰਟੀਕਲ ਜਾਂ, ਭੇਜ ਇੱਕ ਫੋਟੋ ਨੂੰ ਤੂੰ ਕਰੋ ਡਿਸਾਈਡ ਆਪਦੀ ਕੋਈ ਨੋਟ ਤੇ ਇਹਨਾਂ ਨੇ ਲਾਉਣੇ ਨਾ ਕੱਲ੍ਹ ਸਾਨੂੰ ਗਾਲਾਂ ਕੱਢੂਗਾ, ਸਾਨੂੰ ਗਾਲਾਂ ਕੱਢੇਗਾ। ਪਰ ਉਹ ਆਰਟੀਕਲ ਕਾਫੀ ਪੁਰਾਣਾ ਹੈ,
ਇਹ ਥੋੜਾ ਨਵਾਂ ਆ ਗਿਆ, ਠੀਕ ਹੈ, ਤੇ ਫਰਕ ਹੈ ਨਾ ਗੋਪੀ? ਕੀ ਕਰਦੇ? ਅਲੋਏ ਫਾਈਨਲ ਕਰਦੇ ਆ, ਉਹ ਤੁਹਾਨੂੰ ਵਿਖਾਵਾਂਗੇ ਇੱਕ ਮਿੰਟ ਬਾਅਦ। ਹਾਏ ਹਾਏ ਹਾਏ, ਮੁੰਡੇ ਦੀ ਖੁਸ਼ੀ ਨਹੀਂ ਸਾਂਭੀ ਜਾ ਰਹੀ, ਕਹਿੰਦਾ ਹੁਣ ਮੈਨੂੰ ਲੱਗਿਆ ਕਿ ਮੈਂ ਕੋਈ ਚੀਜ਼ ਲਈ ਹੈ। ਸਹੀ ਗੱਲ ਹਨਾ, ਪਹਿਲਾਂ ਇਹ ਕਹਿ ਰਿਹਾ ਖੋ ਖੂ ਕੇ ਲਿਆ ਕੇ ਸੀ ਹਨਾ। ਲਓ ਵੀ ਦੋਸਤੋ, ਫਾਈਨਲੀ ਇਹ ਹੋ ਗਏ ਡਨ। ਆਹ ਚੀਜ਼ ਬਾਈ ਬਹੁਤ ਜ਼ਰੂਰੀ ਹੈ, ਕਿਉਂਕਿ ਐਲਕੀ ਤੋਂ ਬਿਨਾਂ ਇਹ ਖੁੱਲ੍ਹਣਾ ਹੀ ਨਹੀਂ ਗਾ, ਅਤੇ ਐਲਕੀ ਲਾ ਕੇ ਪਹਿਲਾਂ ਉਹ ਕਵਰ ਲਾਵਾਂਗੇ ਅਤੇ ਫੇਰ ਹੀ ਚੱਲੂਗਾ। ਇਹ ਸਾਂਭ ਬਾਈ ਤੇਰੀ ਮਾਨਤ, ਠੀਕ ਹੈ, ਅਤੇ ਇਹ ਬਾਈ ਹੁਣ ਪਸੰਦ ਕੀਤੇ ਆ। ਥੋੜ੍ਹਾ ਜਿਹਾ ਟਾਇਰ ਬਾਹਰ ਜ਼ਰੂਰ ਆਇਆ, ਠੀਕ ਹੈ, ਉਨਾ ਕੁ ਰਹਿਣਾ ਹੀ ਹੈ, ਅਤੇ ਪਰ ਇਹਦਾ ਹੱਲ ਕੋਈ ਨਹੀਂ ਹੈਗਾ। ਅਤੇ ਉੱਧਰ ਬਾਈ ਇੱਕ ਹੋਰ ਇਹਨਾਂ ਨੇ ਲੋਏ ਪਾਏ ਨੇ, ਮੈਨੂੰ ਕਾਫੀ ਸੋਹਣੇ ਲੱਗੇ ਨੇ ਵੈਸੇ, ਅਤੇ ਇਹ ਪਤਾ ਨਹੀਂ ਕੀ ਬਜਟ ਹੋਊਗਾ, ਅਤੇ ਗੱਡੀ ਨੂੰ ਜਿੰਨਾ ਚਿਰ ਆਪਾਂ ਲੋਏ ਨਹੀਂ ਨਾ ਪਾਉਂਦੇ ਉਹਨਾਂ ਚਿਰ ਨਹੀਂ ਜੱਚਦੀ। ਸੋਹਣੇ ਲੱਗਦੇ, ਇੱਕ ਉਹ ਸਵਿਫਟ ਨੂੰ ਵੀ ਬਾਈ ਨੇ ਉੱਥੇ ਇਹਨਾਂ ਨੇ ਪਵਾਏ ਨੇ, ਅਤੇ ਕਾਫੀ ਵਧੀਆ ਇਹ ਲੱਗੇ ਮੈਨੂੰ। ਇੱਕ ਉਹ ਸਵਿਫਟ ਵਾਲੇ ਵੀ ਕਾਫੀ ਚੱਕਵੇਂ ਲੱਗ ਰਿਹਾ ਮੈਨੂੰ, ਤੁਹਾਨੂੰ ਦਿਖਾ ਦਿੰਦੇ ਇਹ ਉਹ ਤੁਸੀਂ ਦੇਖ ਸਕਦੇ ਹੋ। ਇਹਦਾ ਪਤਾ ਨਹੀਂ ਹੁਣ ਕੀ ਰੇਟ ਰੂਟ ਆ, ਮੈਂ ਪੁੱਛੂੰਗਾ ਬਾਈ ਨੂੰ ਕਿ ਕੀ ਅੱਜ ਕੱਲ੍ਹ ਪ੍ਰਾਈਸਿੰਗ ਚੱਲਦੀ ਹੈ ਕੀ ਨਹੀਂ ਚੱਲਦੀ ਹੈ, ਅਤੇ ਬਾਕੀ ਅਰਲੀ ਆ ਜਾਓ ਵੱਧ ਫਾਇਦਾ। ਸਾਹਿਬ ਜੀ ਇੱਕ ਚੀਜ਼ ਹੋਰ ਦੱਸਿਓ ਮਾੜੀ ਜੀ, ਜਿੱਦਾਂ ਉਹ ਆਪਾਂ ਪਾਏ ਉਹਨੂੰ ਬਲੀਨੋ ਨੂੰ, ਅਤੇ ਇਹ ਆਪ ਵੀ ਕਰਨਾ ਪੈਂਦਾ ਕੰਮ ਵੈਸੇ, ਮੈਨੂੰ ਪਤਾ ਨਹੀਂ ਕਰਨਾ ਪੈਂਦਾ, ਅਤੇ ਉਹ ਕੀ ਅੱਜ ਕੱਲ੍ਹ ਕਿੰਨੇ ਕੁ ਦੇ ਪੈ ਜਾਂਦੇ ਆ ਵੈਸੇ, ਕਿ ਵਿਊਵਰਸ ਨੂੰ ਆਪਾਂ ਦੱਸਣਾ ਚਾਹੀਏ ਵੈਸੇ, ਕਿ ਜਿੱਦਾਂ ਉਹ ਬਲੀਨੋ ਨੂੰ ਉਹ ਲੋਏ ਟਾਇਰ ਪਏ ਹੋਏ ਆ? ਉਹ 18 ਇੰਚੀ ਪਾਇਆ ਜੀ। ਅੱਛਾ, ਉਹ ਕਿੰਨੇ ਕੁ ਦੇ ਪੈ ਜਾਂਦੇ ਆ? ਅਪਰੋਕਸੀਮੇਟਲੀ 40 ਤੋਂ 45 ਹਜ਼ਾਰ ਦੀ ਲਾਇਬਿਲਟੀ ਰੇਂਜ ਹੁੰਦੀ ਹੈ, ਠੀਕ ਹੈ, ਤੇ ਟਾਇਰ ਵਧੀਆ ਟਾਇਰ ਪਾਉਣਾ 7000 ਤੋਂ 7500 ਦੀ ਰੇਂਜ ਦੇ ਟਾਇਰ ਹੁੰਦੇ ਆ, ਉਹ ਸਰ ਜਾਂਦਾ। ਤੇ ਜਿੱਦਾਂ ਸਵਿਫਟ ਨੂੰ ਪਾਏ ਹੋਏ ਆ, ਇਹ 17 ਇੰਚੀ ਹੈ, ਇਹਦਾ ਵੀ ਇਸ ਤਰ੍ਹਾਂ ਹੀ 30 ਤੋਂ 35000 ਦੀ ਲਾਇਬਿਲਟੀ ਰੇਂਜ ਹੁੰਦੀ ਹੈ, ਔਰ ਜਿਹੜਾ ਟਾਇਰ ਹੈ ਟਾਇਰ ਉਹੀ 6500 ਰੇਂਜ ਦੇ ਟਾਇਰ ਸਰ ਜਾਂਦਾ। ਤੇ ਪੁਰਾਣੇ ਕੱਟ ਕੁਟਾ ਕੇ ਜਾਂ ਨਵੇਂ ਦਾ ਰੇਟ ਹੀ ਹੈ? ਨਵੇਂ ਦਾ ਰੇਟ ਹੈ, ਠੀਕ ਹੈ। ਇਸ ਕਰਕੇ ਬਾਈ ਜਸਟ ਆਈਡੀਆ ਮੈਂ ਕਿਹਾ ਚੱਲ ਦੇ ਦਈਏ ਆਪਾਂ ਵਿਊਵਰਸ ਨੂੰ, ਇਸ ਕਰਕੇ ਇਹ ਚੀਜ਼ ਹੈ। ਤੇ ਬਾਕੀ ਇਹਦਾ ਵੀ ਤੁਹਾਨੂੰ ਰੇਟ ਅਸੀਂ ਦੱਸ ਦਿਆਂ ਬਚ ਕੀ ਇਹ ਕਿੰਨੇ ਦੇ ਗਏ ਤੇ ਕੀ ਹੋਇਆ। ਵੇਖੋ ਵੀ ਇਹਨਾਂ ਦਾ ਹਾਲ ਹੈ, ਅਲਾਈਨਮੈਂਟ ਨਵੀਂ ਗੱਡੀ ਨੂੰ ਇਹ ਕਹਿ ਕੇ ਛੱਡ ਦਿੰਦੇ ਆ ਵੀ ਇਹ ਨਵੀਂ ਹੈ ਜੇ, ਹੈ ਨਹੀਂ ਕਰਕੇ ਦਵਾਂਗੇ 4-500 ਕਿਲੋਮੀਟਰ ਚਲਾ ਲਓ, ਅੱਛਾ, ਟਾਇਰ ਆਪਣੀ ਸ਼ੇਪ ਚ ਲੈ ਲੈਂਦੇ ਫਿਰ ਕਰਾਉਣ ਦਾ ਫਾਇਦਾ ਹੁੰਦਾ, ਫਿਰ ਫਾਇਦਾ ਹੁੰਦਾ। ਇਹ ਵੀ ਗੱਲ ਠੀਕ ਹੈ ਬਾਈ, ਕਿਉਂਕਿ ਨਵੀਂ ਗੱਡੀ ਨੂੰ ਐਂ ਹੀ ਹੁੰਦਾ। ਤੇ ਇਹ ਬਾਈ ਲੁੱਕ ਆਈ ਐਕਚੁਅਲ ਚ ਨਿਕਲ ਕੇ, ਹੁਣ ਤੁਸੀਂ ਵੀ ਦੱਸਿਓ ਕਿਵੇਂ ਲੱਗੀ ਇਹ ਬਾਈ ਹੁਣ ਐਵੇਂ ਹੁਣ ਖਿੱਚ ਲਈ ਆਪਣੇ ਇੰਸਟਾਗ੍ਰਾਮ ਲਈ ਪੋਸਟ ਤੁਹਾਨੂੰ ਦੱਸਣ ਵਾਸਤੇ ਕਿ ਇਹ ਨਵੀਂ ਚੀਜ਼ਾਂ ਜਿੱਦਾਂ ਕਿ ਅਪਡੇਟ ਤੁਹਾਨੂੰ ਮਿਲਦਾ ਰਹਿੰਦਾ ਰੋਜ਼ ਦਾ ਰੋਜ਼। ਅਤੇ ਵੈਸੇ ਬਾਈ ਇਹਦੀ ਸਾਰੀ ਮੋਡੀਫਿਕੇਸ਼ਨ ਕਰਾਉਣ ਦੀ ਸੋਚ ਰਹੇ ਹਾਂ, ਹਾਈਬ੍ਰਿਡ ਕਸਟਮ ਜਾਵਾਂਗੇ, ਜਿਹੜੇ ਕਿ ਆਲਵੇਜ਼ ਅਸੀਂ ਦੱਸਦੇ ਹੁੰਦੇ ਹਾਂ, ਗ੍ਰਿਲ, ਬੰਪਰ, ਲਾਈਟਸ, ਇੰਟੀਰੀਅਰ, ਅਤੇ ਜਿਹੜਾ ਕਿ ਅਸੀਂ ਕਾਫੀ ਕੁਛ ਇਹਦਾ ਚੇਂਜ ਕਰਨ ਵਾਲੇ ਹਾਂ, ਕਾਫੀ ਕੁਛ ਜਿਹੜਾ ਕਿ ਇਹਦਾ ਚੇਂਜ ਹੋਊਗਾ, ਅਤੇ ਇੰਟੀਰੀਅਰ 'ਚ ਵੀ ਚੇਂਜ ਕਰਾਂਗੇ, ਉਹ ਇੱਕ ਅਲੱਗ ਵਲੌਗ ਦਊਂਗਾ ਮੈਂ ਤੁਹਾਨੂੰ, ਇਸ ਕਰਕੇ ਜਸਟ ਅੱਜ ਇਹ ਗੱਡੀ ਸਾਰੀ ਲੁੱਕ ਆਈ। ਬਾਈ ਇੱਕ ਚੀਜ਼ ਹੋਰ ਦੱਸਿਓ, ਜਿਹੜਾ ਡਿੱਗੀ ਵਾਲਾ ਹੁੰਦਾ ਇਹ ਜਿਹੜਾ 20 ਇੰਚ ਹੁੰਦਾ ਇਹ ਤੰਗ ਤੇ ਨਹੀਂ ਕਰਦਾ? ਬਿਲਕੁਲ ਨਹੀਂ ਤੰਗ ਕਰਦਾ, 22 ਇੰਚ ਕਰਦਾ, 22 ਇੰਚ ਕਰਦਾ ਉਹ ਵੇਟ ਜ਼ਿਆਦਾ ਵਜਣ ਹਨਾ, ਇਹਦਾ 18 ਨਾਲ 20 ਦਾ ਕੋਈ ਵੇਟ ਦਾ ਬੜਾ ਫਰਕ ਨਹੀਂ, ਠੀਕ ਹੈ ਬਾਈ, ਇਹ ਇੱਕ ਚੀਜ਼ ਦਾ ਫਰਕ ਹੈ ਬਾਈ ਨੇ ਜਿਵੇਂ ਦੱਸਿਆ, ਤੇ ਕਾਫੀ ਡੀਸੈਂਟ ਲੁੱਕ ਆਉਂਦੀ ਹੈ, ਤੇ 22 ਜਿਹੜਾ ਉਹ ਤੰਗ ਕਰਦਾ ਕਿਉਂਕਿ ਹੈਵੀ ਹੋ ਜਾਂਦਾ। ਇਹ ਬਾਈ ਹੁਣ ਐਕਚੁਅਲ ਫੀਲ ਆਉਂਦੀ ਹੈ ਵੀ ਥਾਰ ਲਈ ਹੈ। ਹਾਂ, ਇੱਕ ਚੀਜ਼ ਬਾਈ ਆਲਵੇਜ਼ ਧਿਆਨ ਰੱਖਿਆ ਕਰੋ, ਜਿਹੜਾ ਤੁਸੀਂ ਟਾਇਰ ਚੂਜ਼ ਕਰਦੇ ਹੋ ਨਾ, ਅਲੋਏ ਦੇ ਅਲੋਏ ਅੰਦਰ ਹੋਣਾ ਚਾਹੀਦਾ, ਟਾਇਰ ਬਾਹਰ ਹੋਣਾ ਚਾਹੀਦਾ। ਜਿੱਦਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਅਲੋਏ ਇਹ ਜਿਹੜੀ ਕਿਨਾਰੀ ਅੰਦਰ ਆ ਇਹ ਬਾਹਰ ਵੀ ਜਿਹੜੀ ਡਿਵਾਈਡਰ ਵਗੈਰਾ ਜਾਂ ਕਿਤੇ ਕਈ ਵਾਰੀ ਚੜ੍ਹ ਜਾਂਦੀ ਹੈ, ਅਲੋਏ ਨੂੰ ਟੱਕਰ ਨਹੀਂ ਵੱਜਣੀ ਚਾਹੀਦੀ, ਟਾਇਰ ਨੂੰ ਲੱਗਣੀ ਚਾਹੀਦੀ ਹੈ। ਇਸ ਕਰਕੇ ਇੱਕ ਇਨਫੋਰਮੇਸ਼ਨ ਹੈ, ਅਤੇ ਇੱਦਾਂ ਦੀ ਮੈਂ ਆਲਵੇਜ਼ ਦਿੰਦਾ ਰਹਿੰਦਾ ਆਪਣੇ ਵੀਡੀਓਜ਼ ਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਅਤੇ ਥੋੜ੍ਹਾ ਜਿਹਾ ਟਾਇਰ ਬਾਹਰ ਆਉਂਦਾ, ਜੈਂਕੀ ਜੀ ਲੁੱਕ ਆਉਂਦੀ ਹੈ, ਡੀਸੈਂਟ ਜੀ ਲੁੱਕ ਰੱਖਾਂਗੇ, ਇਹਦੇ ਲਾਈਟਸ ਵਗੈਰਾ ਦੇ ਅਪਡੇਟ ਵੀ ਥੋੜ੍ਹਾ ਤੋਂ ਬਾਬਾ ਏ। ਅਤੇ ਚੱਲੀਏ ਹੁਣ, ਪਰਚਾ ਦੇ ਦਿੱਤਾ ਉਹਨਾਂ ਨੇ ਹੱਥ ਜਿਹਦੇ ਕੱਟ ਕੇ, ਇਹਦਾ ਵੀ ਇੰਨੇ ਦੇ ਲੱਗ ਗਿਆ, ਦੱਸ ਦਿਆ ਤੁਹਾਨੂੰ ਕਿੰਨੇ ਕੁ ਪੈਸੇ ਲੱਗ ਗਏ, ਪਰ ਸੋਹਣੀ ਚੀਜ਼ ਆ ਗਈ। ਅਤੇ ਹੁਣ ਆਪਾਂ ਲੰਚ ਕਰਾਂਗੇ, ਚੱਲ ਵੜ ਜਾ ਫਿਰ ਆਪਣੇ ਘੋਰਨੇ 'ਚ। ਮਣੀ ਸਾਰੇ ਜਣੇ ਵੇਟ ਕਰ ਰਹੇ ਹੋਣੇ ਵੈਸੇ, ਕਿੰਨਾ ਕਿੰਨੇ ਕੁ ਪੈਸੇ ਤੇਰੇ ਲਵਾਤੇ ਅਸੀਂ? ਚਲ ਐਗਜੈਕਟ ਨਹੀਂ ਅੰਦਾਜ਼ਾ ਜਿਹਾ ਦੇ ਦੇ। 1.5 ਲੱਖ ਦੇ ਲੱਗੇ ਲੱਗ ਗਿਆ। 1.5 ਕੁ ਲੱਗ ਗਿਆ ਹਨਾ, ਉਹਦਾ ਸੀਟ ਪਛਾਣ ਕਰ ਓਏ, ਪੁਰਾਣੇ ਵਿੱਚ ਕਟਾ ਗਏ, ਪੁਰਾਣੇ ਕਟਾ ਗਏ ਹਨਾ। ਅਤੇ ਇਸ ਕਰਕੇ ਬਾਈ ਇੰਨੇ ਕੁ ਪੈਸੇ ਲੱਗ ਜਾਂਦੇ ਆ, ਇਸ ਕਰਕੇ ਤੁਸੀਂ ਇੰਨੇ ਕੁ ਮਾਰਜਨ ਲੈ ਕੇ ਆਓ ਜੀ। ਹਾਂ,
ਹੋਰ ਤਾਂ ਜਾਣਾ ਤੇ ਫਿਰ ਹੋਰ ਫਰਕ ਪੈ ਜਾਊਗਾ। ਜੇ ਤੁਸੀਂ ਕਿਸੇ ਹੋਰ ਬ੍ਰਾਂਡ 'ਚ ਚਲ ਜਾਓਗੇ ਫਿਰ ਘੱਟ ਵੀ ਜਾਣਗੇ, ਅਤੇ ਇਟਸ ਆਲ ਡਿਪੈਂਡ ਅਪੋਨ ਯੂ ਕਿ ਤੁਸੀਂ ਕੀ ਚਾਹੁੰਦੇ ਹੋ। ਅਤੇ ਇਸ ਕਰਕੇ ਇਹ ਚੀਜ਼ ਸੀ, ਹੁਣ ਆਪਾਂ ਲੰਚ ਕਰਾਂਗੇ ਅਤੇ ਇਹ ਵਲੌਗ ਇੱਥੇ ਹੀ ਖਤਮ ਕਰਦੇ ਹਾਂ। ਨਵਾਂ ਦੱਸਾਂਗੇ ਕਿ ਇਹਦੇ ਅਸੈਸਰੀ ਉਹ ਚੇਂਜ ਕਰਾਵਾਂਗੇ, ਅਤੇ ਚੀਜ਼ਾਂ ਪੈਸੇ ਖਾਂਦੀਆਂ ਨੇ ਪਰ ਵਧੀਆ ਵੀ ਲੱਗਦੀਆਂ ਨੇ ਬਾਈ। ਅਤੇ ਜੇ ਵਧੀਆ ਚਾਹੁੰਦੇ ਹੋਰ ਇਨਫੋਰਮੇਸ਼ਨ ਚਾਹੁੰਦੇ ਡਿਟੇਲ 'ਚ ਤਾਂ ਬਾਈ ਕਮੈਂਟ ਕਰ ਦਿਓ, ਫਿਰ ਅਸੀਂ ਅਫੀਸ਼ਲੀ ਇੱਕ ਵਲੌਗ ਸ਼ੂਟ ਕਰ ਦਾਂਗੇ। ਬਾਬਾ ਚਲੋ ਅਗਰ ਨਹੀਂ ਕੀਤਾ ਚੈਨਲ ਫੋਲੋ ਕਰ ਲਿਓ, ਹੋਰ ਅਪਡੇਟਸ ਲਈ ਇਹਨੂੰ ਕਾਲ ਕਰ ਲਿਓ ਅਤੇ ਵਿਜ਼ਿਟ ਕਰ ਲਿਓ। ਥੈਂਕ ਯੂ ਸੋ ਮੱਚ, ਬਾਏ, ਟੇਕ ਕੇਅਰ।